ਦੇਖੋ ਗੱਲ ਇਹ ਹੈ, ਗੱਲ ਤਾਂ ਹੈ ਆਪ ਜਿੰਨੇ ਮਰਜ਼ੀ ਕੋਈ ਗਾਣਾ ਬਣਵਾ ਕੇ ਜਿਹੜਾ ਹੈ ਸੋਸ਼ਲ ਮੀਡੀਆ 'ਤੇ ਚਾੜ ਦਿਓ, ਇਹ 'ਚ ਕਿਹੜਾ ਕੋਈ ਕਿਸੇ ਨੂੰ ਰੋਕ ਹੈ। ਗੱਲ ਤਾਂ ਹੈ ਵੀ ਇੱਥੋਂ ਤੱਕ ਹਾਲਾਤ ਆ ਗਏ ਵੀ ਉਹਨਾਂ ਨੂੰ ਪੰਜਾਬ ਦਾ ਕੋਈ ਸਿੰਗਰ ਨਹੀਂ ਲੱਭਿਆ ਗਾਣਾ ਗਾਉਣ ਵਾਸਤੇ ਆਪਦਾ, ਮਤਲਬ ਨਹੀਂ ਪੰਜਾਬ ਦਾ ਕੋਈ ਵੀ ਸਿੰਗਰ, ਤੁਸੀਂ ਜਦ ਕਿਸੇ ਨੂੰ ਪੈਸੇ ਦੇ ਕੇ ਗਵਾਉਣਾ ਹੀ ਹੈ ਤਾਂ ਕੋਈ ਵੀ ਗਾ ਸਕਦਾ ਸੀ, ਪਰ ਪੰਜਾਬ ਦਾ ਕੋਈ ਵਿਅਕਤੀ ਗਾਣਾ ਗਾਉਣ ਨੂੰ ਤਿਆਰ ਨਹੀਂ ਹੋਇਆ ਉਹਨਾਂ ਦੇ ਹੱਕ 'ਚ। ਇੱਥੋਂ ਤੱਕ ਉਹਨਾਂ ਦੀ ਕ੍ਰੈਡੀਬਿਲਿਟੀ ਡਾਊਨ ਹੋ ਚੁੱਕੀ ਹੈ ਅਤੇ ਲੋਕ ਸਾਰੇ ਜਾਣਦੇ ਹੈ, ਕੋਈ ਇਹ ਇੱਕ ਆਪਦੀ, ਕਿਉਂਕਿ ਲੋਕ ਉਹਨਾਂ ਦੀ ਗੱਲ ਤਾਂ ਸੁਣਨ ਨੂੰ ਤਿਆਰ ਨਹੀਂ, ਹੁਣ ਉਹ ਇਹੋ ਜਿਹੇ ਜਿਹੜਾ ਹੈ ਸੋਸ਼ਲ ਮੀਡੀਆ ਵਰਤ ਕੇ ਗਾਣੇ ਚਲਾ ਕੇ ਇਹ ਜਿਹੜਾ ਹੈ ਲੋਕਾਂ ਦਾ ਮਨ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਆ, ਇਹਦੇ ਨਾਲ ਕੋਈ ਫਾਇਦਾ ਨਹੀਂ ਹੋਣਾ ਉਹਨਾਂ ਨੂੰ। ਜੋ ਇਹੋ ਜਿਹੇ ਤਰੀਕਿਆਂ ਦੇ ਨਾਲ ਅਕਾਲ ਤਖਤ ਸਾਹਿਬ ਦੇ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਹੋਰ ਇਹ ਗੱਲਾਂ ਸਫਲ ਨਹੀਂ ਹੋਣੀਆਂ। ਬੜੀ ਮੰਦਭਾਗੀ ਗੱਲ ਹੈ ਵੀ ਇਹ ਜਿਹੜੀ ਸਰਕਾਰ ਹੈ ਪੰਜਾਬ ਦੀ, ਇਹ ਅੰਦੋਲਨ ਜਿਹੜਾ ਕਿਸਾਨ ਅੰਦੋਲਨ ਸੀ ਉਹਦੇ ਤੋਂ ਜਿਹੜਾ ਸਹਾਰਾ ਲੈ ਕੇ ਇਹ ਬਣੀ ਹੈ, ਅਤੇ ਹੁਣ ਕਿਸਾਨਾਂ ਦੀ ਇਹਨਾਂ ਨੇ ਜਦ ਦੇ ਆਏ ਨੇ ਇੱਕ ਵੀ ਮੰਗ ਨਹੀਂ ਮੰਨੀ, ਇਹ ਦੱਸ ਦੇਣ ਵੀ ਅਸੀਂ ਕਿਸਾਨਾਂ ਦੀ ਕਿਹੜੀ ਮੰਗ ਮੰਨੀ ਹੈ, ਅਤੇ ਉਲਟਾ ਹੁਣ ਕਿਸਾਨਾਂ ਨੂੰ ਉਹਨਾਂ ਦੀ ਮੰਗਾਂ ਮੰਨਣ ਦੀ ਬਜਾਏ ਹੁਣ ਉਹਨਾਂ ਨੂੰ ਦਬਾਅ ਪਾ ਕੇ ਉਹਨਾਂ ਨੂੰ ਚੱਕ ਕੇ ਧੱਕੇ ਨਾਲ ਉਹਨਾਂ ਨੂੰ ਜਿਹੜਾ ਰੋਕਿਆ ਜਾ ਰਿਹਾ। ਵੈਸੇ ਦੇਖੋ ਅਸੀਂ ਮਰਨ ਵਰਤ ਦੇ ਹੱਕ 'ਚ ਨਹੀਂ ਹੈਗੇ, ਕਿਉਂਕਿ ਬੜੇ ਸੀਨੀਅਰ ਆਗੂ ਨੇ ਡੱਲੇਵਾਲ ਸਾਹਿਬ, ਬੜੀ ਸਤਿਕਾਰਯੋਗ ਸ਼ਖਸੀਅਤ ਨੇ, ਅਤੇ ਇਹੀਆਂ ਜਿਹੀਆਂ ਸਰਕਾਰਾਂ ਨੂੰ ਦਬਾਅ ਪਾਉਣ ਵਾਸਤੇ ਮਰਨ ਵਰਤ ਦੀ ਬਜਾਏ ਹੋਰ ਕੋਈ ਜਿਹੜਾ ਰਾਹ ਅਪਣਾਉਣਾ ਚਾਹੀਦਾ, ਅਤੇ ਇਹ ਅਸੀਂ ਵੀ ਇਹਦੇ ਹੱਕ 'ਚ ਨਹੀਂ ਹੈਗੇ, ਪਰ ਕਿਸਾਨਾਂ ਦੀਆਂ ਮੰਗਾਂ ਉਹਨਾਂ ਨੂੰ ਜ਼ਰੂਰ ਮੰਨਣੀਆਂ ਚਾਹੀਦੀਆਂ। ਉਹਨਾਂ ਨੂੰ ਕਿਉਂ ਬੈਠਣਾ ਪੈ ਰਿਹਾ ਮਰਨ ਵਰਤ 'ਤੇ, ਵੱਡਾ ਸਵਾਲ ਇਹ ਹੈ।